ਬਹੁਤ ਹੀ ਮਾਣ ਤੇ ਸਤਿਕਾਰ ਦੇ ਯੋਗ ਸਟੇਜ ਅਤੇ ਪੰਡਾਲ ਦੇ ਵਿੱਚ ਬੈਠੇ ਹੋਏ ਕਿਸਾਨ ਵੀਰੋ, ਸਭ ਤੋਂ ਪਹਿਲਾਂ ਫਤਿਹ ਅਰਜ਼ ਕਰਦਾ ਬਲਾਓ ਗੱਜ ਵੱਜ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਦੱਸਣਾ ਚਾਹੁੰਦਾ ਹਾਂ ਕਿ ਹਰਿਆਣੇ ਦੇ ਕਿਸਾਨਾਂ ਬਾਰੇ ਬੜੀਆਂ ਖਬਰਾਂ ਚੱਲ ਰਹੀਆਂ ਸੀ ਕਿ ਉਹ ਚਲੇ ਗਏ, ਪਰ ਅੱਜ ਆਹ ਤੁਸੀਂ ਵੇਖ ਰਹੇ ਹੋ, ਮੈਂ ਅੱਗੇ ਗੱਡੀ 'ਤੇ ਆਇਆ, ਉਹ ਟਰਾਲੀਆਂ ਪਿੱਛੇ ਆ ਰਹੀਆਂ ਨੇ। ਅੱਜ ਕਰੀਬ 150 ਟਰਾਲੀ ਆਈ ਆ, 100 ਟਰਾਲੀ ਪਹਿਲਾਂ ਆ ਚੁੱਕੀ ਆ ਅਤੇ 10,000 ਆਦਮੀ ਆ। ਉਹ ਵੇਖੋ ਕਿੱਡਾ ਵੱਡਾ ਕਾਫਲਾ ਟਰਾਲੀਆਂ ਦਾ ਆ ਰਿਹਾ। ਅਸੀਂ ਰਾਈ ਤੋਂ ਇਕੱਠੇ ਚੱਲੇ ਹਾਂ, ਬਹੁਤ ਵੱਡਾ ਕਾਫਲਾ, ਸਭ ਟਰਾਲੀਆਂ ਆ ਰਹੀਆਂ ਨੇ। 10,000 ਦਾ ਇਕੱਠ ਰਾਤ ਗਾਜ਼ੀਪੁਰ ਪਹੁੰਚ ਚੁੱਕਾ। ਸੋ ਹੁਕਮ ਹੋਇਆ ਹਿੰਦੀ 'ਚ ਬੋਲਣ ਦਾ, ਸਟੇਟ ਸੈਕਟਰੀ ਜੇ ਤਾਂ ਕਹਿਣਗੇ ਤਾਂ ਮੈਂ ਬੋਲਾਂਗਾ, ਉਹ ਤਾਂ ਟਾਈਮ ਹੀ 1 ਮਿੰਟ ਦਾ ਦਿੱਤਾ ਹੈ, ਕਿਉਂਕਿ ਮੈਂ ਡਿਸਿਪਲਿਨ ਦੀ ਉਲੰਘਣਾ ਨਹੀਂ ਕਰਾਂਗਾ। ਮੈਂ ਹਰਿਆਣਾ ਭਾਈਓ ਕਾ ਦਿਲ ਸੇ ਉਨਕਾ ਧੰਨਵਾਦ ਕਰਤਾ ਹੂੰ, ਜਿਨ੍ਹੋਂਨੇ ਕੇਂਦਰ ਸਰਕਾਰ ਕੀ ਤਰਫ ਸੇ ਜੋ ਸਾਜ ਸੇ ਰਚੀ ਥੀ, ਦੇਖੋ ਉਨਕੇ ਮੈਂ ਜੋਸ਼ ਔਰ ਦੇਖੋ ਉਨਕੇ ਜਜ਼ਬੇ। ਔਰ ਟਰਾਲੀਆਂ ਸਾਰੀਆਂ, ਸਭੀ ਟਰਾਲੀਆਂ ਹਰਿਆਣੇ ਕੀ ਆ ਰਹੀਆਂ। ਹਰਿਆਣੇ ਵਾਲੇ ਭਾਈਓ ਨੇ ਕਹਾ ਕਿ ਹਮਨੇ ਜੋ ਵਾਅਦਾ ਕੀਆ ਥਾ ਕਿ ਹਮ ਆਪਕੇ ਛੋਟੇ ਭਾਈ ਹੈ ਔਰ ਹਮ ਆਪਕੇ ਆਗੇ ਹੋ ਕੇ ਲੜੇਂਗੇ ਔਰ ਹਮ ਆਪਕਾ ਆਪਣਾ ਵਾਅਦਾ ਨਿਭਾ ਰਹੇ ਹਾਂ। ਔਰ ਜੋ ਕੇਂਦਰ ਸਰਕਾਰ ਨੇ ਯੇ ਏਕ ਹਮਾਰੇ ਮੇਂ ਫੂਟ ਡਾਲਨੇ ਕੀ ਕੋਸ਼ਿਸ਼ ਕਰੀ, ਬਹੁਤ ਸ਼ਡਯੰਤਰ ਰਚੇ, ਉਨ ਸਭੀ ਸ਼ਡਯੰਤਰੋਂ ਕੋ ਉਨ੍ਹੋਂਨੇ ਫੇਲ ਕੀਆ ਔਰ ਹਰਿਆਣਾ ਵਾਲੇ ਭਾਈ ਹੈ ਟਰਾਲੀਆਂ ਕੇ ਟਰਾਲੀਆਂ ਲੈ ਕੇ ਆ ਰਹੇ ਹਾਂ। 10,000 ਆਦਮੀ ਰਾਤੋ ਰਾਤ ਗਾਜ਼ੀਪੁਰ ਬਾਰਡਰ ਪੇ ਪਹੁੰਚਾ, ਹਜ਼ਾਰੋਂ ਆਦਮੀ ਟਿੱਕਰੀ ਬਾਰਡਰ ਪੇ ਪਹੁੰਚ ਗਏ। ਔਰ ਮੈਂ ਕਹਿਣਾ ਚਾਹਤਾ ਹੂੰ ਕਿ ਜੋ 26 ਕੀ ਰੈਲੀ ਥੀ, 26 ਜਨਵਰੀ ਵਾਲੀ, ਆਜ ਅਕੇਲੇ ਹਰਿਆਣੇ ਨੇ ਉਸ 26 ਕੀ ਰੈਲੀ ਕੋ ਦੁਹਰਾ ਦਿਆ ਹੈ ਔਰ ਮੋਦੀ ਕੇ ਮੂੰਹ ਪਰ ਇੱਕ ਚਪਟਾ ਹੈ। ਤਾੜੀਆਂ ਲੈਣਾ ਕਿਜਾ ਜਕਾਰਾ ਬਣਾ ਜਕਾਰਾ। ਔਰ ਸਟੇਜ ਸੇ ਬੋਲਨੇ ਵਾਲੇ ਸਭੀ ਵਕਤੋਂ ਕੋ ਮੈਂ ਇਹ ਗਲ ਮੈਂ ਪੱਲੂ ਡਾਲ ਕੇ ਨਿਵੇਦਨ ਕਰਤਾ ਹੂੰ ਭਾਈ, ਕੋਈ ਵੀ ਬੁਲਾਰਾ ਜੋ 26-27 ਕੋ ਹੋ ਗਿਆ, ਉਹ ਹੋ ਗਿਆ ਜੋ ਸਰਕਾਰ ਨੇ ਕਰਾਇਆ ਥਾ। ਸਰਕਾਰ ਅਬ ਵੀ ਚਾਹਤੀ ਹੈ ਕਿ ਇਨਕੀ ਖਾਨਾ ਜੰਗੀ ਹੋ, ਹਮਨੇ ਵੋ ਖਾਨਾ ਜੰਗੀ ਨਹੀਂ ਕਰਨੀ। ਇਤਿਹਾਸ ਲਿਖਿਆ ਜਾ ਰਿਹਾ, ਇਤਿਹਾਸ ਜੋ ਹੈ ਵੋ ਸਾਰਾ ਰਿਕਾਰਡ ਹੋ ਰਿਹਾ ਹੈ। ਇਸ ਲਈ ਮੈਂ ਸਭੀ ਸੇ ਇਹ ਦੇਖੋ ਇਨਕੇ ਜੋਸ਼ ਭਾਈਓ, ਰਾਮ ਰਾਮ, ਬਾਰਾਂ ਸੌ ਨਿਹਾਰ, ਦੇਖੋ ਇਹਨਾਂ ਦੇ ਜਜ਼ਬਾ। ਇਹ 150-200 ਟਰਾਲੀ ਦਾ ਜਿਹੜਾ ਕਾਫਲਾ ਹੈ, ਬਹੁਤ ਵੱਡਾ ਕਾਫਲਾ। ਸੋ ਮੈਂ ਇਹ ਨਿਵੇਦਨ ਕਰ ਰਿਹਾ ਥਾ ਸਭੀ ਵਕਤਾ ਜੋ ਇਸ ਸਟੇਜ ਪੇ ਬੋਲ ਰਹੇ ਹੈ, ਇਹ ਹੱਥ ਜੋੜ ਕੇ ਉਨਕੇ ਕਦਮੋਂ ਮੈਂ ਇਹ ਸਿਰ ਰੱਖ ਕੇ ਮੈਂ ਬੇਨਤੀ ਕਰਤਾ ਹੂੰ ਕਿ ਹਮਨੇ ਇਹ ਜੰਗ ਜੀਤਨੀ ਹੈ। ਜੀਤੇਂਗੇ ਕੈਸੇ, ਕੇਵਲ ਹਮਾਰੀ ਲੜਾਈ ਸਰਕਾਰ ਕੇ ਸਾਥ ਹੈ। ਜੋ ਬੀਚ ਮੇਂ ਕੁਛ ਕਰ ਰਹਾ ਹੈ, ਕਿਸੀ ਨੇ ਕਰ ਦਿਆ, ਉਸਕੋ ਬਾਅਦ ਮੇਂ ਦੇਖੇਂਗੇ, ਲੇਕਿਨ ਲੜਾਈ ਸਰਕਾਰ ਕੇ ਸਾਥ ਹੈ, ਲੜਾਈ ਸਰਕਾਰ ਕੇ ਸਾਥ ਲੜੇਂਗੇ ਔਰ ਜੀਤੇਂਗੇ। ਮੈਂ ਇਨ੍ਹੀਂ ਸ਼ਬਦੋਂ ਕੇ ਸਾਥ ਆਪਸੇ ਆਗਿਆ ਚਾਹਤਾ ਹੂੰ। ਮੁਝੇ ਉਮੀਦ ਹੈ ਕਿ ਇਸ ਸਟੇਜ ਪੇ ਬੋਲਨੇ ਵਾਲੇ ਬੁਲਾਰੇ, ਜੋ ਮੈਂ ਸੁਣਤਾ ਆ ਰਹਾ ਥਾ, ਮੇਰੇ ਕੋ ਇਸ ਚੀਜ਼ ਕਾ ਸਦਮਾ ਲਗਾ ਹੈ, ਜਿਸ ਲਈ ਮੈਂ ਇਸ ਸਟੇਜ ਪਰ ਆਕਰ, ਕਿਉਂਕਿ ਮੈਂ ਇਸ ਸਟੇਜ ਕੇ ਲਈ ਰਾਤ ਦਿਨ ਇਹ ਕਰ ਰਹਾ ਹੂੰ, ਸਭੀ ਕਰ ਰਹੇ ਹੈ, ਇਹ ਮੈਂ ਅਕੇਲਾ ਨਹੀਂ। ਜੋ ਲੋਕ ਅੱਜ ਤਾਲੀਆਂ ਭਰ ਭਰ ਕੇ ਲਾ ਰਹੇ ਹੈ, ਲੰਗਰੋਂ ਕੀ ਸੇਵਾ ਕਰ ਰਹੇ ਹੈ,
कोई सफाई कर रहा है, कोई कुछ कर रहा है, कोई पीछे कर रहा है। ये सभी लोग इस लड़ाई को जीतने के लिए कर रहे हैं। जीतेंगे तब जेकर हम शांति बनाए रखेंगे। हमने कोई ऐसा शब्द मुंह से कोई निकल गया तो वो शब्द हमारे को हमारे खाना जंगी करा सकता है। इसलिए मैं बार बार निवेदन करता हूं कि कोई ऐसा शब्द इस मैच से ना बोला जाए। बस इतनी विनती करता हूं। खिमा का दाजकों और हरियाणा वाले भाइयों का मेरे पास शब्द नहीं जिससे मैं उनका धन्यवाद कर सकूं, क्योंकि सरकार ने बहुत कुछ किया, बहुत कुछ किया। अरे हमारे झंडों को, हमारे जो निशान साहब है उनको आगे भी लगवाई परसों। एक मिनट दी, परसों असंध, परसों की बात है, असंध में जो हमारा गुरुद्वारा साहब में केसरी निशान साहब झूलता है उनको इकट्ठे करके कुछ लोगों ने आग लगाई। आग किसी आदमी ने नहीं लगाई, यह हमारे जाट भाइयों ने नहीं लगाई, हिंदी भाइयों ने नहीं लगाई, बीजेपी वालों ने शरारत करने की कोशिश। आज भी उनके वर्कर आ रहे, किसी अफवाह पर भरोसा नहीं करना, बहुत अफवाह फैला रहे हैं। और उस अफवाह पर भरोसा ना करते हुए हमने आगे चलना है, इस मतदान जंग को जीतना है और काफिला बढ़ाना है। काफिला बढ़ेगा, बहुत बढ़ेगा। पंजाब, ये तो हरियाणा के करनाल के आ रहे हैं, पंजाब के तो भी आ रहे हैं। इसलिए यही निवेदन करता हूं कि मुंह से जो भी शब्द बोला जाए वो सोच के समझ के तोड़ के बोला जाए। भाइयों ये मेरी विनती है, निवेदन है आपसे। इतनी इतना ही समय बोलता हुआ आपसे क्षमा चाहता हूं। बला फतेह, वाहिगुरु जी का खालसा, वाहिगुरु जी की फतेह। देश दुनिया दीयां ताज़ा खबरां दे लई हुणे प्ले स्टोर तों डाउनलोड करो पंजाब दी आवाज़ अजीत न्यूज़ ऐप। हुण तुहाडा अपना अजीत हर सोशल मीडिया प्लेटफार्म दे उत्ते उपलब्ध है। फेसबुक दे उत्ते हुणे लाइक ते फॉलो करो अजीत दा ऑफिशियल पेज डेली अजीत, ते हां नाल ही दोस्तां नूं पेज लाइक करन दे लई इनवाइट करना ना भुलना। इन्ना ही नहीं, हिंदी दे विच खबरां वास्ते लाइक ते फॉलो करो साडा फेसबुक पेज अजीत समाचार हिंदी। यूट्यूब दे उत्ते वीडियो खबरां देखण दे लई हुणे सबसक्राइब करो अजीत दा ऑफिशियल यूट्यूब चैनल अजीत वैब टीवी। तुहाडा अपना अजीत हुण ट्विटर ते इंस्टाग्राम दे उत्ते भी उपलब्ध है। ट्विटर दे उत्ते खबरां दे लई फॉलो करो डेली अजीत, ते इंस्टाग्राम दे उत्ते खबरां दे नाल नाल वीडियो देखण दे लई फॉलो करो ब्लू टिक वाला साडा ऑफिशियल चैनल डेली अजीत। इन्ना ही नहीं, अजीत दे वीडियो हुण तुसीं एप्पल टीवी दे उत्ते भी वेख सकदे हो, ते नाल ही अजीत अखबार दा डिजिटल एडिशन पढ़न दे लई डाउनलोड करो अजीत ई पेपर ऐप। तुहाडा अपना भरोसेयोग चैनल, तुहाडी अपनी आवाज़, पंजाब दी आवाज़ अजीत।